ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਦੋਸਤੋ ਕੀ ਹਾਲ ਚਾਲ ਤੁਹਾਡੇ ਬਹੁਤ ਦਿਨਾਂ ਤੋਂ ਬਾਅਦ ਵੀਡੀਓ ਬਣਾਉਣ ਜਾ ਰਿਹਾ ਮੈਂ ਜਿਵੇਂ ਕਿ ਤੁਹਾਨੂੰ ਪਹਿਲਾਂ ਮੈਂ ਰੋਜ਼ ਦੀ ਰੋਜ਼ ਅਪਡੇਟ ਦਿੰਦਾ ਰਿਹਾ ਸੀ ਕਿ ਆਪਣੇ ਐਗਰੀਕਲਚਰ ਦੇ ਰਿਲੇਟਡ ਜਿਵੇਂ ਟਰੈਕਟਰ ਦੇ ਵਿੱਚ ਕੀ ਪ੍ਰੋਬਲਮ ਆਉਂਦੀ ਆ ਵਰਕਸ਼ਾਪ ਦੀ ਜਾਣਕਾਰੀ ਦਿੰਦਾ ਰਿਹਾ ਹਾਂ ਤੁਹਾਨੂੰ ਅਤੇ ਕੁਝ ਕੁ ਦਿਨਾਂ ਤੋਂ ਕੁਝ ਕੁ ਮਹੀਨਿਆਂ ਤੋਂ ਲਾ ਲਓ 2 ਮਹੀਨੇ ਮੇਰੇ ਕੋਲ ਅਪਡੇਟ ਨਹੀਂ ਦਿੱਤਾ ਗਿਆ ਜਿਹਦਾ ਕਾਰਨ ਇਹ ਸੀ ਕਿ ਆਪਣੇ ਦੂਸਰਾ ਝੋਨੇ ਝਾਨੇ ਲੱਗ ਰਹੇ ਸੀ ਅਤੇ ਕੰਮ ਦਾ ਰਸ਼ ਬਹੁਤ ਜ਼ਿਆਦਾ ਹੁੰਦਾ ਸੀ ਅਤੇ ਨਾਲੇ ਬੈਟਰੀਆਂ ਦਾ ਵੀ ਸੀਜ਼ਨ ਹੈਗਾ ਸੀ ਅਤੇ ਆਪਣੇ ਟਾਈਮ ਥੋੜ੍ਹਾ ਘੱਟ ਲੱਗਦਾ ਸੀ ਹੁਣ ਝੋਨੇ ਝਾਨੇ ਲੱਗ ਗਏ ਨੇ ਅਤੇ ਬੈਟਰੀ ਦਾ ਸੀਜ਼ਨ ਵੀ ਥੋੜ੍ਹਾ ਜਿਹਾ ਇਹ ਦਿਨਾਂ 'ਚ ਡਾਊਨ ਹੋ ਜਾਂਦਾ ਆ ਅਤੇ ਮੈਂ ਸੋਚਿਆ ਚਲੋ ਹੁਣ ਵੀਡੀਓ ਬਣਾਈ ਜਾਏ ਅਤੇ ਤੁਹਾਨੂੰ ਜਾਗਰੂਕ ਕੀਤਾ ਜਾਏ ਅਤੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਸੰਦਾਂ ਦੇ ਬਾਰੇ ਜਿਵੇਂ ਆਪਣੇ ਰੀਪਰ ਹੋ ਗਏ ਰੀਪਰ ਉੱਪਰ ਵਿਕਦੇ ਆ ਸੁਪਰ ਸੀਡਰ ਹੋ ਗਏ ਰੋਟਾਵੇਟਰ ਹੋ ਗਏ ਇਹਦੇ ਬਾਰੇ ਤੁਹਾਨੂੰ ਮੈਂ ਜਾਣਕਾਰੀ ਦੇਣੀ ਸੀ ਕਿ ਕੀ ਹਿਸਾਬ ਕਿਤਾਬ ਹੁੰਦਾ ਆ ਕਿਸ ਤਰ੍ਹਾਂ ਦਿੰਦੇ ਆਪਾਂ ਕਿਸ ਤਰ੍ਹਾਂ ਵੇਚਦੇ ਹਾਂ ਆਪਣੇ ਪੁਰਾਣਾ ਕਿਸ ਹਿਸਾਬ ਨਾਲ ਕੱਟਦੇ ਹਾਂ ਨਵੇਂ ਦੇ ਵਿੱਚ ਕੀ ਅਪਡੇਟ ਆਉਂਦੇ ਨੇ ਪਰ ਮੇਰੇ ਕੋਲ ਵੀਡੀਓ ਬਣਾਈ ਨਹੀਂ ਗਈ ਕਾਰਨ ਇਹ ਸੀ ਕਿ ਟਾਈਮ ਦੀ ਥੋੜ੍ਹੀ ਜਿਹੀ ਕਮੀ ਸੀ ਜਿਵੇਂ ਵਰਕਸ਼ਾਪ 'ਤੇ ਜਾਓ ਜਾਂ ਆਪਣੇ ਕੰਮ ਉੱਤੇ ਦੁਕਾਨ 'ਤੇ ਆਓ ਜਾਂ ਬਾਹਰ ਫੀਲਡ ਦੇ ਵਿੱਚ ਜਾਓ ਥੋੜ੍ਹਾ ਟਾਈਮ ਘੱਟ ਲੱਗਦਾ ਸੀ ਤਾਂ ਕਰਕੇ ਵੀਡੀਓ ਨਹੀਂ ਬਣਾ ਪਾ ਰਿਹਾ ਸੀ ਮੈਂ ਅਤੇ ਮੈਂ ਚਲੋ ਇੱਕ ਵਾਰੀ ਪੂਰਾ ਫ੍ਰੀ ਹੋ ਕੇ ਅਤੇ ਫਿਰ ਇੱਕ ਵਾਰੀ ਮੈਂ ਕੰਮ ਕਰਦਾ ਆਪਣਾ ਵੀਡੀਓ ਬਣਾਉਣ ਦਾ ਅਤੇ ਅੱਜ ਮੈਂ ਵੀਡੀਓ ਬਣਾ ਰਿਹਾ ਹਾਂ ਅਤੇ ਇਹਦੇ ਵਿੱਚ ਅੱਜ ਮੈਂ ਤੁਹਾਨੂੰ ਟਰੈਕਟਰ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿਆਂਗਾ ਟਰੈਕਟਰ ਵਿੱਚ ਕੀ ਆਪਣੇ ਹੈਗਾ ਆ ਆਪਣੇ ਫੀਲਡ ਦੇ ਵਿੱਚ ਅੱਜ ਆਪਾਂ ਜਾਣਾ ਆ ਬੈਟਰੀ ਦੀ ਫੀਲਡ ਵਿੱਚ ਜਦਕਿ ਤੁਹਾਨੂੰ ਪਹਿਲੇ ਮੈਂ ਵੀਡੀਓ ਬਣਾ ਚੁੱਕਿਆ ਕਿ ਟੈਸਲਾ ਦੀ ਬੈਟਰੀ ਆਪਣੇ ਕੋਲ ਆਈ ਸੀ ਅਤੇ ਅੱਜ ਆਪਾਂ ਸੈਂਟੀਰੀਆ ਅਤੇ ਟੈਸਲਾ ਦੀ ਮਾਰਕੀਟਿੰਗ ਕਰਨ ਜਾਵਾਂਗੇ ਟਾਈਮ ਹੋ ਗਿਆ ਆ 8:30-9 ਵੱਜ ਚੁੱਕੇ ਨੇ ਕੋਈ ਆਪਣੇ ਮਾਰਕੀਟ ਦੀਆਂ ਦੁਕਾਨਾਂ 10-11 ਵਜੇ ਤੱਕ ਪੂਰੀ ਖੁੱਲ੍ਹ ਖੱਲ੍ਹ ਕੇ ਰੈਡੀ ਹੋ ਜਾਂਦੀਆਂ ਨੇ ਅਤੇ ਕੋਈ 10:30 ਵਜੇ ਨਾਲ ਆਪਾਂ ਘਰੋਂ ਨਿਕਲਾਂਗੇ 10:30 ਵਜੇ ਘਰੋਂ ਨਿਕਲ ਕੇ ਮਾਰਕੀਟਿੰਗ ਕਰਕੇ ਅਤੇ ਤੁਹਾਨੂੰ ਮੈਂ ਨਾਲ ਦੀ ਨਾਲ ਅਪਡੇਟ ਦਿੰਦਾ ਰਹਾਂਗਾ ਕਿ ਕੀ ਕੀਤਾ ਅੱਜ ਸਾਡਾ ਟੂਰ ਹੋਵੇਗਾ ਪਠਾਨਕੋਟ ਅਤੇ ਸੁਜਾਨਪੁਰ ਦਾ ਸੁਜਾਨਪੁਰ ਜੁਗਿਆਲ ਇਹ ਸਾਡੇ 3 ਟੂਰ ਅੱਜ ਇਹਦੇ ਵਿੱਚ ਸਾਡੇ ਕਾਊਂਟਰ ਕੁਝ ਕੁ ਹੈਗੇ ਜਿਹੜੇ ਸਾਡੇ ਪੱਕੇ ਲੱਗੇ ਹੋਏ ਨੇ ਅਤੇ ਇਹ ਜਿਹੜੀ ਛੋਟੀ ਬੈਟਰੀ ਆ 2-ਵੀਲਰ ਦੀ ਬੈਟਰੀ ਹੋ ਗਈ ਇਹਦੇ ਵਾਸਤੇ ਮਕੈਨਿਕ ਲੱਭਣੇ ਪੈਂਦੇ ਆ ਅਤੇ ਇਹ ਆਪਾਂ ਅੱਜ ਲੱਭਾਂਗੇ ਤੁਹਾਨੂੰ ਦੱਸਾਂਗੇ ਅੱਜ ਸਾਰੇ ਡੀਲਰਾਂ ਨਾਲ ਵੀ ਮਿਲਾਵਾਂਗੇ ਨਵੇਂ ਜਿਹੜੇ ਡੀਲਰ ਵਿਜਿਟ ਕਰਾਂਗੇ ਉਹਦੇ ਨਾਲ ਵੀ ਮਿਲਾਵਾਂਗੇ ਪੁਰਾਣੇ ਜਿਹੜੇ ਡੀਲਰ ਆ ਉਹਦੇ ਨਾਲ ਵੀ ਤੁਹਾਨੂੰ ਜਾਗਰੂਕ ਕਰਾਵਾਂਗੇ ਅੱਜ ਮਿਲਾਵਾਂਗੇ ਵੇਖੋ ਕਿੱਦਾਂ ਕੰਮ ਚੱਲਦਾ ਆ ਬੈਟਰੀ ਦਾ ਕੰਮ ਕਿਸ ਤਰ੍ਹਾਂ ਚੱਲਦਾ ਆ ਕਿ ਕਿੱਥੋਂ ਪੇਮੈਂਟਾਂ ਲੈਣੀਆਂ ਹੁੰਦੀਆਂ ਕਿਸ ਤਰ੍ਹਾਂ ਬੈਟ ਮਾਲ ਦੇਣਾ ਹੁੰਦਾ ਆ ਤੁਹਾਨੂੰ ਅੱਜ ਪੂਰੀ ਜਾਣਕਾਰੀ ਦੇਵਾਂਗਾ ਓਕੇ ਜੀ ਧੰਨਵਾਦ ਮਿਲਦੇ ਹਾਂ ਅੱਗੇ ਹਾਂਜੀ ਦੋਸਤੋ ਜਿਵੇਂ ਕਿ 11 ਵੱਜ ਚੁੱਕੇ ਆ ਅਤੇ ਆਪਣਾ ਕਾਲਾ ਅਤੇ ਆਪਾਂ ਹੁਣ ਜਾ ਰਹੇ ਹਾਂ ਪਹਿਲਾਂ ਕਠੂਏ ਕਿਸੇ ਕੋਲ ਪੇਮੈਂਟ ਫੜਨੀ ਆ ਅਤੇ ਪੇਮੈਂਟ ਫੜ ਕੇ ਅਤੇ ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਅੱਗੇ ਆਪਾਂ ਕੀ ਕਰਨਾ ਪੇਮੈਂਟ ਇੱਥੋਂ ਆਪਾਂ ਫੜ ਕੇ ਕਠੂਏ ਪੇਮੈਂਟ ਫੜਨੀ ਅਤੇ ਬੈਟਰੀਆਂ ਦਿੱਤੀਆਂ ਹੋਈਆਂ ਟੈਸਲਾ ਦੀਆਂ 2-ਵੀਲਰ ਜਾ ਕੇ ਪਹਿਲੇ ਤੁਹਾਨੂੰ ਮੈਂ ਕਾਊਂਟਰ 'ਤੇ ਇੰਟਰੋਡਿਊਸ ਕਰਦਾ ਅਤੇ ਅੱਜ ਆਪਾਂ ਪਹਿਲੇ ਤਾਂ ਜਾਣਾ ਵੈਸੇ ਗੱਡੀ 'ਤੇ ਆ ਇੱਥੇ ਸਾਡੇ ਕਾਊਂਟਰ ਲੱਗ ਗਈ ਆ ਅਤੇ ਬੁਲਟ ਕੱਢ ਲਿਆ ਬਾਹਰ ਅਤੇ ਬੁਲਟ 'ਤੇ ਜਾਂਦੇ ਹਾਂ ਪਹਿਲਾਂ ਮੈਥੋਂ ਪੈਸੇ ਲਿਆਉਣ ਪੇਮੈਂਟ ਫੜਨੀ ਆ ਅਤੇ ਔਡਰ ਆਡਰ ਵੇਖਦੇ ਕੀ ਬਣਦਾ ਅਤੇ ਫਿਰ ਇੱਥੋਂ ਪਹਿਲਾਂ ਔਡਰ ਬਣਾ ਕੇ ਪਹਿਲੇ ਪੇਮੈਂਟ ਫੜਾਂਗੇ ਫਿਰ ਔਡਰ ਬਣਾਵਾਂਗੇ ਫਿਰ ਤੁਹਾਨੂੰ ਅੱਗੇ ਜਾ ਕੇ ਉੱਥੇ ਤੁਹਾਨੂੰ ਮੈਂ ਜਾ ਕੇ ਬੁਲਾਉਣਾ ਬੰਦੇ ਨਾਲ ਅੱਗੇ ਅੱਗੇ ਮਿਲਦੇ ਹਾਂ ਤੁਹਾਨੂੰ ਹਾਂਜੀ ਦੋਸਤੋ ਉੱਥੋਂ ਆਪਾਂ ਹੋ ਕੇ ਹੁਣ ਆ ਚੁੱਕੇ ਹਾਂ ਬੈਟਰੀ ਲਈ ਦੁਕਾਨ ਤੋਂ ਉੱਥੋਂ ਕੈਸ਼ ਫੜਿਆ ਆ ਕੋਈ 30,000 ਰੁਪਇਆ ਅਤੇ 10 ਬੈਟਰੀਆਂ ਦਾ ਔਡਰ ਮਿਲਿਆ ਉਹ ਆਪਣਾ ਇੱਕ ਵੱਖਰੀ ਫੀਲਡ ਮਿਲ ਪੈ ਜਾਂਦੀ ਆ ਰਾਮਨਗਰ ਪਿੰਡ ਉੱਥੋਂ ਸਿਰਫ ਇਕਲੌਤਾ ਕਾਊਂਟਰ ਇੱਕ ਉਹੀ ਆ ਉੱਧਰ ਦੇ ਏਰੀਆ ਵਿੱਚ ਹੁਣ ਜਿੱਦਾਂ ਸਵੇਰੇ ਗੱਲ ਕੀਤੀ ਕਿ 3 ਆਪਣੇ ਏਰੀਆ ਕਰਨੇ ਆ ਪਠਾਨਕੋਟ ਜੁਗਿਆਲ ਅਤੇ ਸੁਜਾਨਪੁਰ ਹੁਣ ਆਪਾਂ ਪਠਾਨਕੋਟ ਆ ਗਏ ਹਾਂ ਪਠਾਨਕੋਟੋਂ ਹੁਣ ਸਭ ਤੋਂ ਪਹਿਲਾਂ ਤਾਂ ਵੱਜ ਗਿਆ ਆ 1:30 ਵਜੇ ਪਹਿਲਾਂ ਆਪਾਂ ਰੋਟੀ ਖਾਵਾਂਗੇ ਅਤੇ ਰੋਟੀ ਖਾ ਕੇ ਅਤੇ ਫਿਰ ਤੁਹਾਨੂੰ ਉਹ ਡੀਲਰ ਤੋਂ ਮਿਲਾਉਣ ਤੋਂ ਮੈਨੂੰ ਥੋੜ੍ਹਾ ਜਿਹਾ ਆਪਣੇ ਦਿਮਾਗ 'ਚ ਨਹੀਂ ਰਿਹਾ ਵੀਡੀਓ ਬਣਾਉਣ ਦੇ ਬਾਰੇ ਅਤੇ ਚਲੋ ਹੁਣ ਜਿਹੜੇ ਅੱਗੇ ਡੀਲਰਾਂ ਨਾਲ ਮਿਲਦੇ ਹਾਂ ਵੀਡੀਓ ਬਣਾਉਂਦੇ ਹਾਂ ਪਠਾਨਕੋਟ ਆ ਗਏ ਹਾਂ ਪਠਾਨਕੋਟ ਸਾਡੇ ਘੱਟੋ ਘੱਟ 7 ਕਾਊਂਟਰ ਜਿਹੜੇ ਪੱਕੇ ਲੱਗੇ ਹੋਏ ਆ ਉਹ 7 ਕਾਊਂਟਰ ਨਾਲ ਮਿਲਾ ਕੇ ਅਤੇ ਉਹਦੇ ਕੋਲ ਪੇਮੈਂਟ ਲੈ ਕੇ ਅੱਗੋਂ ਔਡਰ ਕੋਈ ਬਣਾ ਕੇ ਅਤੇ ਫਿਰ ਅੱਜ ਸਾਡਾ ਟਾਰਗੇਟ ਆ ਘੱਟੋ ਘੱਟ 80 ਬੈਟਰੀਆਂ ਆ ਜਿਹੜੀਆਂ ਆਪਣੇ 2-ਵੀਲਰ ਦੀਆਂ ਦੇਣੀਆਂ ਆ ਅਤੇ ਕੋਈ 25 ਬੈਟਰੀਆਂ ਦੇਵਾਂਗੇ ਉਹਦੀਆਂ ਆਪਣੇ ਟਿਊਬਲਰ ਬੈਟਰੀਆਂ ਅਤੇ ਦੇਖੋ ਕੀ ਬਣਦਾ ਆ ਟਿਊਬਲਰ ਬੈਟਰੀ ਦਾ ਔਡਰ ਤਾਂ ਬਣਿਆ ਆ ਅਤੇ ਅੱਗੇ ਛੋਟੇ ਬੈਟਰੀ ਦਾ ਜੇ ਔਡਰ ਨਹੀਂ ਬਣਿਆ ਡੀਲਰ ਵੀ ਥੋੜ੍ਹੇ ਜਿਹਾ ਘੱਟ ਵਿਜਿਟ ਕੀਤੇ ਆ ਦੋ ਡੀਲਰ ਵਿਜਿਟ ਕੀਤੇ ਆ ਜੇ ਇੱਕ ਦੀ ਦੁਕਾਨ ਬੰਦ ਸੀ ਅਤੇ ਇੱਕ ਤੋਂ ਰਿਸਪੋਂਸ ਆ ਗਿਆ ਸਹੀ ਬਾਕੀ ਪਠਾਨਕੋਟ ਪੁੱਜ ਗਏ ਹਾਂ ਰੋਟੀ ਖਾ ਕੇ ਤੁਹਾਨੂੰ ਅੱਗੇ ਦੱਸਦੇ ਹਾਂ ਠੀਕ ਆ ਜੀ ਮਿਹਰਬਾਨੀ
हाँ जी दोस्तों, रात दे साढ़े अठ नौ बज चुके ने ते घर आ चुके हैं आपा। ते मेरे को अपडेट नहीं दिता गया अज क्योंकि बिजी थोड़ा ज्यादा ही, टाइम की कमी ही थोड़ी जी। ते नाले अज अपने शक्तिमान वाले आए हुए ही, उन्होंने एग्रीकल्चर दे रिलेटेड न्यू प्रोडक्ट लॉन्च किए आ, तो उहदे बारे जानकारी देन आए ही। ते फिर मैं उत्थों अपने अगों सेलमैन नूं ही अगे भेज दिता कि जाके मार्केट तूं घर आ जाके, क्योंकि ज्यादा पेमेंट लैके आनी होंगी, ऑर्डर लैके आने होंगे ये दिनों दे विच, कम भी घट आ। तो ज्यादा मैं क्या चलो जो नवे प्रोडक्ट आए उधर थोड़ा जहा हो आने, तो टीम आई हुई ही। तो अज आप मिल के आए बागों के, जिमें बागों के एक मोबाइल श्रैडर हो गया, स्प्रे हो गया, अपने गन्ने की खेती यूज होने वास्ते संद नवे आए आ, पांच छह संदा के बारे जानकारी दे के गए सानू। ओदी मैं तुहानू कल वीडियो बना के दसांगा। अज तुहानू पूरा मेरा इरादा हैगा ही अपडेट देने का कि बैटरियां दे विच हुंदा आ, ते थोड़ा अपडेट नहीं दिता गया वो वाली जिथों आपां पठानकोट जा रहे हां, सिर्फ पांच छह डीलरां नूं मिले, उत्थों पेमेंटां फड़ियां ने, ते डीलरां दे नाल तुहानू रूबरू भी नहीं कराण होया। ते वो हुण मैं वो मार्केट दे विच हुण हफ्ता इक सेलमैन ही जाएगा, वीडियो तुहानू रोज़ दी रोज़ मिलेगी, क्योंकि हुण मैं हफ्ता इक इधर जाना आ, जिहड़ियां नवीं मशीनां मिलियां इहदे विच रोज़ दा विजिट करना वा, ते क्योंकि वह मशीनां एग्रीकल्चर दे रिलेटड बहुत फायदेमंद मशीनां भी हैगियां, ते अपने बहुत ही ज़्यादा अपने वधिया आ, जिहदे नाल खेतीबाड़ी भी बहुत ज़्यादा वधिया अगे जाके हो सकदी आ। ते संदां बारे तुहानू कल जानकारी देवांगा मैं। अज टीम भी आई हुई सी, ते टाइम थोड़ी टाइम की थोड़ी कमी चल रही सी, नहीं ते क्योंकि अगे टाइम उन्ना क हुंदा आ, ते फोन फड़ के मैं वीडियो बनाउण डिया पां, ते उह भी फिर थोड़ी जिही गल नहीं बनदी, टाइम खुल्ला होए ते फिर वीडियो बनदी आ। ते मैं तुहानू कल इहदी पूरी जानकारी देवांगा संदा दे बारे, कल इहदी प्रोपर किहड़ी वीडियो संदा दी ही आएगी, ते संदा बारे कल तुहानू जानकारी दे के मैं कल वेखियो वीडियो, ते नवे संद आए आ जरूर वेखियो, अगे सबसिडियां चलो उहदी मैं वीडियो कल बनावांगा सबसिडी बारे भी, उह भी आ रहीआं ने, ते वेखियो इह हुण आपणे की नां लैंदे बैटरियां दे विच हुण मैं जाणा आ तीन चार दिनां दे बाद, कल दो तीन तुहानू अपडेट इहदी एग्रीकल्चर दी ही मिलनी आ, ते बैटरियां दे बारे मैं भी तुहानू सोचदा पिया कि दसां तुहानू किस तरह काम हुंदा बैटरी दा, अपने फील्ड दे विच किस तरह काम हुंदे आ, डीलर दे नाल किस तरह मीट करना हुंदा आ, पैसे किदां लैणे हुंदे आ, माल किस तरह वेचना हुंदा आ, इरादा ते पूरा ही, पर चलो हुण पिछों फोन आ गया की कर सकदे, जाणा पैणा ही। ते मिलदे आ कल, धन्नवाद जी।